ਸਭ ਤੋਂ ਪਹਿਲਾਂ ਸਵਾਲ ਤਾਂ ਇਹੀ ਆਉਂਦਾ ਵੀ ਸਾਨੂੰ ਵੀ ਕੰਮ ਬਾਰੇ ਨੌਲੇਜ ਆਉਣੀ ਚਾਹੀਦੀ ਹੈ, ਕਢਾਈ ਬਾਰੇ ਜਾਂ ਨਹੀਂ। ਜਿਹੜਾ ਸੂਟ ਤਿਆਰ ਹੁੰਦਾ 2 ਜਾਂ 3 ਦਿਨਾਂ 'ਚ ਤਿਆਰ ਹੁੰਦਾ, ਜੇਕਰ ਆਪਾਂ ਲਗਾਤਾਰ ਇਸਨੂੰ ਟਾਈਮ ਦੇਵਾਂਗੇ ਫਿਰ। ਬਾਕੀ ਸਾਡੀਆਂ ਭੈਣਾਂ ਦੇ ਸਵਾਲ ਹੁੰਦੇ ਨੇ ਜੀ ਵੀ ਜੇਕਰ ਅਸੀਂ ਇਹ ਮਸ਼ੀਨ ਲਿਆਉਂਦੇ ਤਾਂ ਸਾਨੂੰ ਕਿੰਨੀ ਕੁ ਕਮਾਈ ਹੁੰਦੀ ਹੈ ਜੀ। ਵਰਕ ਉੱਪਰ ਬਿਲਕੁਲ ਸਫਾਈ ਹੈ ਜੀ, ਵਰਕ ਦੇ ਵਿੱਚ ਕੋਈ ਵੀ, ਦੇਖੋ ਅਸੀਂ ਜੂਮ ਕਰਕੇ ਦਿਖਾਉਂਦੇ ਹਾਂ, ਜੋ ਜਰੀ ਦਾ ਧਾਗਾ ਹੁੰਦਾ ਇਸ ਉੱਪਰ ਆਪਾਂ ਨੇ ਘੱਟ ਹੀ ਇਸਤੇਮਾਲ ਕਰਨਾ ਚਾਹੀਦਾ, ਕਿਉਂਕਿ ਜਰੀ ਦੇ ਧਾਗੇ ਉੱਪਰ ਟ੍ਰੇਨਿੰਗ ਵੀ ਆਪਣੇ ਵੀਡੀਓ ਪਾਈ ਹੋਈ ਹੈ ਜੀ, ਤੁਸੀਂ ਆਪਣੇ ਫੋਨ 'ਤੇ ਐਪ ਡਾਊਨਲੋਡ ਕਰ ਸਕਦੇ ਹੋ। ਸਵਾਗਤ ਹੈ ਸਾਰਿਆਂ ਦਾ ਪੰਜਾਬੀ ਸਿਲਾਈ ਕਢਾਈ ਚੈਨਲ 'ਤੇ, ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਆਪਾਂ ਥੋੜ੍ਹੀਆਂ ਜਿਹੀਆਂ ਗੱਲਾਂ ਕਰਾਂਗੇ ਤੁਹਾਡੇ ਲਈ ਜ਼ਰੂਰੀ। ਸਾਨੂੰ ਸਵਾਲ ਜ਼ਿਆਦਾਤਰ ਆਉਂਦੇ ਰਹਿੰਦੇ ਨੇ ਜਦੋਂ ਦੀ ਆਪਾਂ ਨੇ ਕਢਾਈ ਵਾਲੀ ਮਸ਼ੀਨ ਲਿੱਤੀ ਹੈ, ਵੀ ਇਸ ਨੂੰ ਚਲਾਉਣ ਵਿੱਚ ਕੋਈ ਦਿੱਕਤ ਤਾਂ ਨਹੀਂ, ਪ੍ਰੋਬਲਮ ਤਾਂ ਨਹੀਂ, ਵੀ ਕੰਮ ਪਹਿਲਾਂ ਸਾਨੂੰ ਸਿੱਖਣਾ ਚਾਹੀਦਾ ਜਾਂ ਨਹੀਂ, ਇਹ ਸਾਰੀ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ। ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਧਿਆਨ ਨਾਲ ਦੇਖਣਾ ਜੀ। ਹਾਂਜੀ, ਸਭ ਤੋਂ ਪਹਿਲਾਂ ਸਵਾਲ ਤਾਂ ਇਹੀ ਆਉਂਦਾ ਵੀ ਸਾਨੂੰ ਵੀ ਕੰਮ ਬਾਰੇ ਨੌਲੇਜ ਆਉਣੀ ਚਾਹੀਦੀ ਹੈ, ਕਢਾਈ ਬਾਰੇ ਜਾਂ ਨਹੀਂ। ਦੇਖੋ ਜੀ, ਇਹ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ, ਜਦੋਂ ਅਸੀਂ ਇਹ ਮਸ਼ੀਨ ਲਿੱਤੇ ਸਾਨੂੰ ਇਸ ਬਾਰੇ ਕੋਈ ਵੀ ਨੌਲੇਜ ਨਹੀਂ ਸੀਗੀ। ਜਦੋਂ ਆਪਾਂ ਕੋਈ ਵੀ ਕੰਮ ਕਰਦੇ ਹਾਂਗੇ, ਸ਼ੁਰੂਆਤ ਕਰਦੇ ਹਾਂਗੇ, ਜਦੋਂ ਵੀ ਆਪਾਂ ਵਰਤਦੇ ਹਾਂ ਚੀਜ਼ ਨੂੰ, ਆਪਾਂ ਨੂੰ ਹੌਲੀ ਹੌਲੀ ਆਪਣੇ ਆਪ ਨੌਲੇਜ ਆਉਣ ਲੱਗ ਜਾਂਦੀ। ਜਿਸ ਤਰ੍ਹਾਂ ਕਿ ਅਸੀਂ ਇਹ ਮਸ਼ੀਨ ਲਿੱਤੀ ਆ, ਹੁਣ ਟੋਟਲ ਸਾਨੂੰ ਇਸ ਬਾਰੇ ਸਾਰੀ ਨੌਲੇਜ ਆ ਗਈ, ਕਿਉਂਕਿ ਅਸੀਂ ਪ੍ਰੋਪਰ ਇੱਕ ਸੂਟ 1 ਦਿਨ 'ਚ ਕੱਢ ਦਿੰਦੇ ਹਾਂ। ਇੱਕ ਸਾਡੀਆਂ ਭੈਣਾਂ ਦੇ ਸਵਾਲ ਇਹ ਰਹਿੰਦੇ ਨੇ ਵੀ ਇਸ ਨੂੰ ਇਹ ਆਪਣੇ ਆਪ ਵਰਕ ਕਰਦੀ ਹੈ। ਦੇਖੋ ਜੀ, ਆਪਣੇ ਆਪ ਵਰਕ ਕਰਦੀ ਹੈ, ਸਿਰਫ ਇਹੀ ਚੇਂਜ ਆ ਵੀ ਆਪਾਂ ਨੂੰ ਡਿਜ਼ਾਇਨ ਛਾਪਣਾ ਨਹੀਂ ਪੈਂਦਾ ਅਤੇ ਫਰੇਮ ਨਹੀਂ ਆਪਾਂ ਨੂੰ ਹੱਥ 'ਚ ਫੜਨਾ ਪੈਂਦਾ, ਬਾਕੀ ਇਸ ਉੱਪਰ ਆਪਾਂ ਨੂੰ ਪ੍ਰੋਪਰ ਟਾਈਮ ਦੇਣਾ ਪੈਂਦਾ ਹੈਗਾ। ਅਸੀਂ ਇਸ ਲਈ ਸਪੈਸ਼ਲ ਇੱਕ ਬੰਦਾ ਰੱਖਿਆ ਹੋਇਆ ਹੈਗਾ ਜੋ ਕਿ ਸਾਰਾ ਦਿਨ ਇਸ ਮਸ਼ੀਨ ਉੱਪਰ ਰਹਿੰਦਾ, ਕਿਉਂਕਿ ਦੇਖੋ ਜਦੋਂ ਮਸ਼ੀਨ ਦੇ ਟਾਈਮ ਬੰਨਿਆ ਹੁੰਦਾ ਹੈਗਾ ਡਿਜ਼ਾਇਨ ਦਾ, 5 ਮਿੰਟਾਂ ਦੇ ਵਿੱਚ ਦੁਬਾਰਾ ਮਸ਼ੀਨ ਰੁਕ ਜਾਂਦੀ ਹੈ, ਜਾਂ 2 ਮਿੰਟਾਂ ਦੇ ਵਿੱਚ ਜਿੰਨਾ ਵੀ ਆਪਣਾ ਡਿਜ਼ਾਇਨ ਦਾ ਟਾਈਮ ਹੁੰਦਾ ਉਸ ਤੋਂ ਬਾਅਦ ਆਪਾਂ ਨੇ ਦੁਬਾਰਾ ਸ਼ੁਰੂ ਕਰਨਾ ਹੁੰਦਾ। ਆਪਾਂ ਨੂੰ 5 ਜਾਂ 10 ਮਿੰਟ ਆਪਾਂ ਇੱਧਰ ਉੱਧਰ ਹੋ ਸਕਦੇ, ਇੱਦਾਂ ਨਹੀਂ ਹੈਗਾ ਵੀ ਆਪਾਂ 1/2 ਘੰਟਾ 1.5 ਘੰਟਾ ਵਿੱਚ ਦੀ ਹੋਰ ਕੰਮ ਕਰ ਲਿਆ, ਇਸ ਤਰ੍ਹਾਂ ਬਿਲਕੁਲ ਨਹੀਂ ਹੈਗਾ। ਇਸ ਨੂੰ ਆਪਾਂ ਨੂੰ ਪ੍ਰੋਪਰ ਟਾਈਮ ਦੇਣਾ ਪੈਂਦਾ, ਜਿਸ ਤਰ੍ਹਾਂ ਕਿ ਆਪਣਾ ਘੇਰੇ ਦਾ ਚਾਕਾਂ ਦਾ ਕੱਟ ਵਰਕ ਹੋ ਗਿਆ, ਬਾਜੂ ਦਾ ਕੱਟ ਵਰਕ ਹੋ ਗਿਆ, ਇਸ ਤਰ੍ਹਾਂ ਦਾ ਇਹ ਇੱਕ ਸੂਟ ਆਸਾਨੀ ਨਾਲ 1 ਦਿਨ ਦੇ ਵਿੱਚ ਵਰਕ ਕਰ ਦਿੰਦੀ ਹੈ ਜੀ। ਦੇਖੋ ਜਿਹੜਾ ਆਪਾਂ ਫੁਲਕਾਰੀ ਦਾ ਸੂਟ ਹੁੰਦਾ, ਜਿਸ ਤਰ੍ਹਾਂ ਕਿ ਆਪਾਂ ਨੇ ਪਹਿਲਾਂ ਵੀ 2-3 ਸੂਟ ਤਿਆਰ ਕਰੇ, 1 ਸੂਟ ਇਹ ਆਪਾਂ ਨੇ ਹੋਰ ਸ਼ੁਰੂ ਕਰ ਰੱਖਿਆ ਗਿਆ, ਇਸ ਤਰ੍ਹਾਂ ਦੇ ਡਿਜ਼ਾਇਨ ਆਪਾਂ ਨੇ ਤਿਆਰ ਕਰੇ ਨੇ। ਇਹੜਾ ਸੂਟ ਤਿਆਰ ਹੁੰਦਾ 2 ਜਾਂ 3 ਦਿਨਾਂ 'ਚ ਤਿਆਰ ਹੁੰਦਾ, ਜੇਕਰ ਆਪਾਂ ਲਗਾਤਾਰ ਇਸਨੂੰ ਟਾਈਮ ਦੇਵਾਂਗੇ ਫਿਰ। ਜੇਕਰ ਆਪਾਂ ਟਾਈਮ ਵਿੱਚ ਦੀ ਨਹੀਂ ਦਿੰਦੇ ਤਾਂ ਇਹ ਆਪਾਂ ਨੂੰ ਜ਼ਿਆਦਾ ਟਾਈਮ ਲੱਗੂ, ਕਿਉਂਕਿ ਇਹ ਵਰਕ ਹੈਵੀ ਹੁੰਦਾ ਜੀ, ਵਾਰ ਵਾਰ ਆਪਾਂ ਨੂੰ ਜੁਆਇੰਟ ਕਰਨਾ ਪੈਂਦਾ, ਧਾਗਾ ਚੇਂਜ ਕਰਨਾ ਪੈਂਦਾ, ਕਲਰ ਕਈ ਹੁੰਦੇ ਨੇ, ਇਸ ਕਰਕੇ ਆਪਾਂ ਨੇ ਇਹ ਸਾਰੇ ਸੂਟ ਤਿਆਰ ਕਰੇ ਨੇ। ਵਰਕ ਇਹਨਾਂ ਨੇ ਬਿਲਕੁਲ ਸਫਾਈ ਆ, ਕਈ ਸਾਡੀਆਂ ਭੈਣਾਂ ਦੇ ਇੱਦਾਂ ਕਮੈਂਟ ਹੁੰਦੇ ਨੇ ਵੀ ਇਹਨਾਂ ਨੇ ਵਰਕ ਪਤਾ ਨਹੀਂ ਸਾਫ਼ ਹੈ ਜਾਂ ਨਹੀਂ, ਵਰਕ ਉੱਪਰ ਬਿਲਕੁਲ ਸਫਾਈ ਆ ਜੀ, ਵਰਕ ਦੇ ਵਿੱਚ ਕੋਈ ਵੀ, ਦੇਖੋ ਅਸੀਂ ਜੂਮ ਕਰਕੇ ਦਿਖਾਉਂਦੇ ਹਾਂ, ਕੋਈ ਵੀ ਪ੍ਰੋਬਲਮ ਨਹੀਂ ਹੈਗੀ, ਬਿਲਕੁਲ ਟਾਂਕਾ ਬਰੀਕ ਹੈਗਾ, ਬਹੁਤ ਹੀ ਜ਼ਿਆਦਾ ਸਫਾਈ ਆ ਵਰਕ ਉੱਪਰ। ਇਸ ਤਰ੍ਹਾਂ ਦੇ ਸਾਰੇ ਟੋਪਿਕ ਨੇ ਆਪਣੇ ਕੋਲ, ਇੱਕ ਅਸੀਂ ਮੈਚਿੰਗ ਸੂਟ ਤਿਆਰ ਕਰਿਆ ਤੁਹਾਨੂੰ ਅਸੀਂ ਦਿਖਾ ਦਿੰਦੇ ਹਾਂ। ਇਹ ਦੇਖੋ ਵਾਈਟ ਕਲਰ ਦੀ ਸ਼ਰਟ ਤਿਆਰ ਕਰੀ ਹੈਗੀ ਅਸੀਂ, ਇਹਦੇ ਘੇਰੇ ਉੱਪਰ ਕੱਟ ਵਰਕ ਦਾ ਡਿਜ਼ਾਇਨ ਤਿਆਰ ਕਰਿਆ, ਕੋਟਨ 'ਚ ਆਪਣੇ ਕੋਲ ਕੱਪੜਾ ਜੀ, ਇਹਦੇ ਗਲੇ ਉੱਪਰ ਵੀ ਆਪਾਂ ਨੇ ਇਸ ਤਰ੍ਹਾਂ ਦਾ ਡਿਜ਼ਾਇਨ ਤਿਆਰ ਕਰਿਆ। ਸੂਟ ਬਹੁਤ ਹੀ ਸਫਾਈ ਨਾਲ ਤਿਆਰ ਹੁੰਦੇ ਨੇ, ਬਿਲਕੁਲ ਆਪਾਂ ਨੂੰ ਟਾਈਮ ਬਰਾਬਰ ਦੇਣਾ ਪਊਗਾ, ਇੱਦਾਂ ਨਹੀਂ ਹੈਗਾ ਵੀ
ਆਪਾਂ ਵਰਕ ਲਾ ਕੇ ਵੀ ਆਪਾਂ ਕੋਈ ਹੋਰ ਕੰਮ ਕਰ ਲਾਂਗੇ, ਟਾਈਮ ਬਿਲਕੁਲ ਆਪਾਂ ਨੂੰ ਮਸ਼ੀਨ ਨੂੰ ਦੇਣਾ ਪਊਗਾ। ਇਹ ਸਲਵਾਰ ਤਿਆਰ ਕਰੀਏਗੀ, ਇਸ ਨਾਲ ਫਿਰੋਜ਼ੀ ਕਲਰ ਦਾ ਦੁਪੱਟਾ ਤਿਆਰ ਕਰਾਂਗੇ ਆਪਾਂ, ਬਹੁਤ ਸੋਹਣਾ ਸੂਟ ਬਣ ਕੇ ਤਿਆਰ ਹੋਊਗਾ। ਇਹ ਆਪਣਾ ਫੁਲਕਾਰੀ ਦਾ ਸੂਟ ਹੋ ਗਿਆ ਜੀ, ਇਹ ਹੋ ਗਿਆ ਆਪਣੇ ਕੋਲ ਬੈਲਵਟ ਉੱਪਰ ਸੂਟ। ਸਾਰੇ ਆਪਣੇ ਕੋਲ ਅਲੱਗ ਅਲੱਗ ਤਰ੍ਹਾਂ ਦੇ ਡਿਜ਼ਾਇਨ ਤਿਆਰ ਕਰੇ ਨੇ, ਡਿਜ਼ਾਇਨ ਕਿਸ ਤਰ੍ਹਾਂ ਖਰੀਦਣੇ ਨੇ। ਇਹ ਆਪਣੇ ਜਰੀ ਦਾ ਵਰਕ ਤਿਆਰ ਕਰਿਆ ਜੀ, ਜੋ ਜਰੀ ਦਾ ਧਾਗਾ ਹੁੰਦਾ ਇਸ ਉੱਪਰ ਆਪਾਂ ਨੇ ਘੱਟ ਹੀ ਇਸਤੇਮਾਲ ਕਰਨਾ ਚਾਹੀਦਾ, ਕਿਉਂਕਿ ਜਰੀ ਦੇ ਧਾਗੇ ਉੱਪਰ ਥੋੜ੍ਹੀ ਘੱਟ ਸਫਾਈ ਹੁੰਦੀ ਆ। ਇਸ ਤਰ੍ਹਾਂ ਦੀਆਂ ਆਪਾਂ ਨੂੰ ਕੋਟਨ ਦੀਆਂ ਰੀਲਾਂ ਹੀ ਮਿਲ ਜਾਂਦੀਆਂ ਨੇ, ਜਰੀ ਜਿਸ ਤਰ੍ਹਾਂ ਕਿ ਜਰੀ ਦੇ ਕਲਰ ਹੁੰਦੇ ਨੇ ਜੀ। ਬਾਕੀ ਸਾਡੀਆਂ ਭੈਣਾਂ ਦੇ ਇਹ ਸਵਾਲ ਹੁੰਦੇ ਨੇ ਜੀ ਵੀ ਜੇਕਰ ਅਸੀਂ ਇਹ ਮਸ਼ੀਨ ਲਿਆਉਂਦੇ ਹਾਂ ਤਾਂ ਸਾਨੂੰ ਕਿੰਨੀ ਕੁ ਕਮਾਈ ਹੁੰਦੀ ਹੈ ਜੀ। ਦੇਖੋ ਜੀ, ਕਮਾਈ ਇਸ ਨਾਲ ਹੁੰਦੀ ਹੈ ਕਿਉਂਕਿ ਜੇਕਰ ਆਪਾਂ ਇੱਕ ਸੂਟ ਵੀ ਤਿਆਰ ਕਰਦੇ 500 ਪ੍ਰਾਈਜ਼ ਹੈ ਆਪਣਾ, 15,000 ਆਸਾਨੀ ਨਾਲ ਬਣਦਾ ਜੀ। ਜੇਕਰ ਤੁਸੀਂ 5,000 ਖਰਚ ਕੱਢ ਕੇ 10,000 ਤੁਸੀਂ ਆਸਾਨੀ ਨਾਲ ਬਚਾ ਸਕਦੇ ਹੋ। ਡਿਜ਼ਾਇਨ ਹਲਕੇ ਜਾਂ ਹੈਵੀ ਹੁੰਦੇ ਨੇ ਆਪਣੇ ਡਿਜ਼ਾਇਨ ਦੇ ਰੇਟ ਦੇ ਹਿਸਾਬ ਨਾਲ ਹੁੰਦਾ, ਤੁਸੀਂ ਜ਼ਿਆਦਾ ਵੀ ਕਮਾ ਸਕਦੇ ਹੋਗੇ। ਮਸ਼ੀਨ ਬਹੁਤ ਵਧੀਆ, ਸਿਰਫ ਇਸ ਦੀ ਆਪਾਂ ਨੂੰ ਨੌਲੇਜ ਲੈਣ ਦੀ ਜ਼ਰੂਰਤ ਆ ਜੀ। ਇਸ ਦੀ ਅਸੀਂ ਇੱਕ ਟ੍ਰੇਨਿੰਗ ਦੀ ਵੀਡੀਓ ਵੀ ਪਾਈ ਹੋਈ ਹੈ, ਉਹ ਵੀ ਕਸਟਮਰਾਂ ਦੀ ਡਿਮਾਂਡ 'ਤੇ ਪਾਈ ਹੋਈ ਆ। ਉਸ ਵਿੱਚ ਅਸੀਂ ਪ੍ਰੋਪਰ ਸਾਰੀ ਟ੍ਰੇਨਿੰਗ ਦਿੱਤੀ ਹੋਈ ਹੈ ਜੀ, 1.5 ਘੰਟੇ ਦੀ ਟ੍ਰੇਨਿੰਗ ਆ ਕਿ ਤੁਸੀਂ ਦੇਖ ਸਕਦੇ ਹੋਗੇ। ਟ੍ਰੇਨਿੰਗ ਦੀ ਆਪਣੇ ਵੀਡੀਓ ਪਾਈ ਹੋਈ ਹੈ ਜੀ, ਤੁਸੀਂ ਆਪਣੇ ਫੋਨ 'ਤੇ ਐਪ ਡਾਊਨਲੋਡ ਕਰ ਸਕਦੇ ਹੋ, MSW Study ਤੁਸੀਂ ਡਾਊਨਲੋਡ ਕਰ ਸਕਦੇ ਹੋਗੇ। ਇਸ ਐਪ ਉੱਪਰ ਆਪਾਂ ਨੇ ਟ੍ਰੇਨਿੰਗ ਦੀ ਵੀਡੀਓ ਪਾਈ ਹੋਈ ਹੈ, ਪ੍ਰੋਪਰ ਸਾਰੀ ਜਾਣਕਾਰੀ ਦਿੱਤੀ ਹੋਈ ਹੈ। ਤੁਸੀਂ ਆਸਾਨੀ ਨਾਲ ਆਪਣਾ ਕੰਮ ਸ਼ੁਰੂ ਕਰ ਸਕਦੇ ਹੋਗੇ, ਬਹੁਤ ਹੀ ਆਸਾਨ ਤਰੀਕਾ ਜੀ। ਪਹਿਲਾਂ ਤੁਸੀਂ ਇਸ ਬਾਰੇ ਨੌਲੇਜ ਲੈ ਕੇ ਉਸ ਤੋਂ ਬਾਅਦ ਤੁਸੀਂ ਮਸ਼ੀਨ ਖਰੀਦ ਸਕਦੇ ਹੋ, ਆਪਣਾ ਕੰਮ ਸ਼ੁਰੂ ਕਰ ਸਕਦੇ ਹੋ। ਧੰਨਵਾਦ ਜੀ।